ਠਾਨਾ ਜੀ ਚਾਨਣ ਸਿੰਘ ਨਾ ਜੀ ਤੁਹਾਡਾ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਦੋਸਤੋ। ਲਾਈਵ ਸੈਸ਼ਨ ਰੱਖ ਰਿਹਾ ਜੀ ਦੁਬਾਰਾ ਇੱਕ ਸਕਸੈਸ ਸਟੋਰੀ ਦੇ ਨਾਲ। ਓਪਨ ਵਰਕ ਪਰਮਿਟ ਜਗ ਚਾਨਣ ਸਿੰਘ ਹੋਣਾ ਦਾ ਡਨ ਹੋ ਕੇ ਆਇਆ, ਵੀਜ਼ਾ ਸਟੈਂਪ ਹੋ ਕੇ ਆਇਆ। ਇੱਕ ਸਾਲ ਤਕਰੀਬਨ ਤੁਸੀਂ ਕਹਿ ਸਕਦੇ ਹੋ 10 ਕੁ ਮਹੀਨਿਆਂ ਦਾ, ਜਿਨ੍ਹਾਂ ਦੇ ਸਪਾਊਸ ਦਾ ਪੈਂਡਿੰਗ ਸੀ ਵੀਜ਼ਾ, ਉਹਨਾਂ ਵੀਜ਼ਾ ਉਹਨਾਂ ਦਾ ਸਟੈਂਪ ਹੋ ਕੇ ਆਇਆ। ਭੋਲਾ ਸਾਹਿਬ ਉਹਨਾਂ ਦਾ ਕਿਹੋ ਜਿਹਾ ਸਫ਼ਰ ਰਿਹਾ ਮੈਕਰੋ ਗਲੋਬਲ ਦੇ ਨਾਲ, ਕਿਵੇਂ ਪਤਾ ਲੱਗਿਆ ਇਹਨਾਂ ਨੂੰ ਮੈਕਰੋ ਗਲੋਬਲ ਬਾਰੇ, ਇਹ ਖੁਦ ਦੱਸਣਗੇ। ਜਗਚਾਨਣ ਸਿੰਘ ਜੀ, ਕਿਵੇਂ ਪਤਾ ਲੱਗਿਆ ਸੀ ਕੰਪਨੀ ਬਾਰੇ? ਸਤਿ ਸ਼੍ਰੀ ਅਕਾਲ ਸਰ। ਸਰ ਮੇਰਾ ਬਹੁਤ ਵਧੀਆ ਬਿਹੇਵੀਅਰ ਇੱਥੇ, ਅੱਛਾ ਸਰ, ਮੈਨੂੰ ਬਹੁਤ ਵਧੀਆ ਗਾਈਡੈਂਸ ਮਿਲੀ ਇੱਥੋਂ। ਠੀਕ ਹੈ। ਅੱਜ ਤੋਂ ਮੈਂ ਤਕਰੀਬਨ 2.5 ਮਹੀਨੇ ਪਹਿਲਾਂ ਇੱਥੇ ਆਇਆ ਸੀਗਾ। ਠੀਕ ਹੈ ਜੀ। ਵਿਦਇਨ 1 ਵੀਕ ਮੈਂ ਆਪਦੇ ਸਾਰੇ ਡਾਕੂਮੈਂਟਸ ਕੰਪਲੀਟ ਕਰਕੇ ਤੁਹਾਡੀ ਟੀਮ ਨੂੰ ਦਿੱਤੇ ਸੀ। ਠੀਕ ਹੈ ਜੀ। ਉਸ ਤੋਂ ਬਾਅਦ ਮੈਨੂੰ ਤੁਹਾਡੀ ਟੀਮ ਨੇ ਬਹੁਤ ਵਧੀਆ ਗਾਈਡ ਕੀਤਾ। ਠੀਕ ਹੈ ਜੀ। ਠੀਕ ਹੈ ਸਰ। ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਮੈਂ ਅੱਜ ਆ ਦਿਨ। ਕਿੰਨੇ ਟਾਈਮ 'ਚ ਤੁਹਾਡਾ ਵੀਜ਼ਾ ਸਟੈਂਪ ਹੋ ਗਿਆ ਜੀ ਚਾਨਣ ਜੀ? ਸਰ ਮੇਰਾ ਵੀਜ਼ਾ 2.5 ਮਹੀਨੇ ਦੇ ਵਿੱਚ ਸਟੈਂਪ ਹੋ ਗਿਆ। ਜਿਵੇਂ ਤੁਸੀਂ ਸਾਰੇ ਦੇਖ ਹੀ ਰਹੇ ਹੋ ਕਿ ਜਿਵੇਂ ਮੈਂ ਹਮੇਸ਼ਾ ਓਪਨ ਵਰਕ ਪਰਮਿਟ ਦੀ ਸਕਸੈਸ ਸਟੋਰੀ ਦੇ ਨਾਲ ਖੁਦ ਲਾਈਵ ਹੁੰਦਾ, ਉਹਦੇ ਪਿੱਛੇ ਕਾਰਨ ਸਿਰਫ ਇਹੀ ਹੁੰਦਾ ਕਿ ਤੁਹਾਨੂੰ ਪਤਾ ਲੱਗਦਾ ਰਹੇ ਕਿ ਜਿਨ੍ਹਾਂ ਦੇ ਸਪਾਊਸ ਕੈਨੇਡਾ ਪੜ੍ਹਦੇ ਨੇ, ਜੇ ਉਹ ਆਪਦਾ ਕੇਸ ਅਪਲਾਈ ਕਰਨਾ ਚਾਹੁੰਦੇ ਨੇ ਤਾਂ ਸਭ ਤੋਂ ਵਧੀਆ ਅਪੋਰਚੁਨਿਟੀ ਉੱਥੇ ਜਾ ਕੇ ਕੰਮ ਕਰਨ ਦੀ, ਰਹਿਣ ਦੀ। ਓਪਨ ਵਰਕ ਪਰਮਿਟ ਜਾਂ ਵਿਜ਼ਿਟਰ ਵੀਜ਼ਾ ਪਲੀਜ਼ ਨਾ ਅਪਲਾਈ ਕਰੋ, ਸਕਸੈਸ ਰੇਸ਼ੋ ਬਹੁਤ ਜ਼ਿਆਦਾ ਘੱਟ ਆ। ਐਂਡ ਲਾਸਟ ਦੇ ਵਿੱਚ ਫਿਰ ਇੱਕ ਮੈਸੇਜ, 30 ਅਕਤੂਬਰ ਦਿਨ ਮੰਗਲਵਾਰ ਲੁਧਿਆਣਾ ਫੋਰਚੂਨ ਕਲਾਸਿਕ ਹੋਟਲ ਦੇ ਵਿੱਚ ਸਵੇਰੇ 10 ਵਜੇ ਤੋਂ ਲੈ ਕੇ 5 ਵਜੇ ਤੱਕ ਬੈਠੂੰਗਾ ਜੀ, ਸਿਰਫ ਅਤੇ ਸਿਰਫ ਓਪਨ ਵਰਕ ਪਰਮਿਟ ਨਾਲ ਸੰਬੰਧਿਤ ਜਿਹੜੇ ਕੈਂਡੀਡੇਟਸ ਨੂੰ ਕੋਈ ਕੁਐਰੀਜ਼ ਨੇ, ਕੋਈ ਡਾਕੂਮੈਂਟ ਚੈੱਕ ਕਰਾਉਣਾ, ਕੇਸ ਅੰਬੈਸੀ ਦੇ ਵਿੱਚ ਆ, ਕੇਸ ਰਿਫਿਊਜ਼ ਹੋ ਗਿਆ, 205 ਕਲੋਜ਼ ਲੱਗ ਕੇ ਆ ਗਿਆ, ਤੁਸੀਂ ਆ ਕੇ ਮਿਲ ਸਕਦੇ ਹੋ। ਆਪਦੇ ਅਕੈਡਮਿਕ ਡਾਕੂਮੈਂਟਸ, ਆਪਦੇ ਜ਼ਰੂਰੀ ਦਸਤਾਵੇਜ਼ ਜ਼ਰੂਰ ਨਾਲ ਲੈ ਕੇ ਆਇਓ। ਇਹਨਾਂ ਕਹਿੰਦਾ ਹੋਇਆ ਖਿਮਤ ਅਜਾਚਕਾਂ ਜੀ, ਧੰਨਵਾਦ।